पाकिस्तानी चीजें अच्छी नहीं लग रही, रोटी घर ही खावा। मैं कहना नहीं यार, मैं ट्रैवल पेपर ट्राई वाले जो बना के देने रहना, मैं उन्हें खाना। चाचा साहब, कभी तुसी मशरूम पास्ता खाते? यार मैंने याद है कभी मशरूम सी खाती है गे, खुंबी टाइप पास्ता खादा है। मशरूम पास्ता की वखरा है। मशरूम पास्ता हाय हाय हाय, केड़े मुल्क दा जी? अमेरिका दे, बाहर दे मुल्क दे लोग की खाते। हाय हाय, खाने बड़े बड़े प्यारे खाने वाले होंगे ने, दिल करता बंद खाई जाए खाई जाए, एडा मजा आता है खाने का। गल हैगी जी, जे हांडिया की खुशबू वाल जाओ ना तो यकीन करो कोई बंदा हांडी ना खा सके। हांडी के बीच जो सालन पकिया होंगे ना, वो तो बंदा खा लेंदा, हांडी कितों खाएगा। इस टाइम तैयार हुई डिश गर्म गर्म, खुशबू बड़ी प्यारी मिठी मिठी आ रही है जी। जी मशरूम हैगी है, ये असं खुमिया बनाने आंडे या कोई किमें वगैरह पका के, लेकिन सीवियां ना असीं नहीं खादियां। और काफ़ी खाने दे च पाई जाती मशरूम खाधी है, लेकिन डिश का नाम ही मशरूम पास्ता है, तो इसलिए मैं बड़ी प्यारी लग रही कि मशरूम के नाल यार डिश खाधी जा रही। साढ़े बुजुर्ग भी फरमाते ने खुंबियां खाया करो, खुंबियों च शफा होंगी है। ਲੱਗਦਾ ਇੰਝ ਹੈ ਕਿ ਜਿਵੇਂ ਕਹਿੰਦੇ ਮੱਖਣ ਜਾਂ ਕੋਈ ਮਲਾਈ ਪਈ ਹੋਈ ਹੈ, ਬੜੀ ਥਿੰਦੀ ਥਿੰਦੀ ਹੈਗੀ ਹੈ। ਅਤੇ ਇਹ ਜ਼ਾਇਕਾ ਜਿਹੜਾ ਫਿੱਕਾ ਜਿਹਾ ਹੈ, ਲੇਕਿਨ ਹਲਕੀਆਂ ਜਿਹੀਆਂ ਮਿਰਚਾਂ ਜਿਹੜੀਆਂ ਨੇ ਕਾਲੀਆਂ, ਉਹ ਉੱਤੇ ਧੂੜੀਆਂ ਹੋਈਆਂ ਨੇ, ਵਿੱਚ ਇਹਦੇ ਕਰੀਮ ਪਾਈਏ ਮਸ਼ਰੂਮ ਦੇ ਨਾਲ ਮਿਕਸ ਕਰਕੇ। ਮੈਨੂੰ ਨਾ ਇੰਝ ਲੱਗ ਰਿਹਾ ਜਿਵੇਂ ਮੈਂ ਨਾ ਨਮਕੀਨ ਸੇਵੀਆਂ। ਸਾਡੇ ਤਾਂ ਜਿਹੜਾ ਨਾ ਛੋਟੀ ਈਦ ਜਿਹੜੀ ਹੁੰਦੀ ਈਦ ਉਲ ਫਿਤਰ, ਉਸ ਦਿਨ ਸਾਡੇ ਹਰ ਘਰ 'ਚ ਸੇਵੀਆਂ ਪੱਕਦੀਆਂ ਨੇ, ਉਸ ਤੋਂ ਇਲਾਵਾ ਨਹੀਂ ਜੇ ਪੱਕਦੀਆਂ। अच्छा है मशर स्वादी तो बड़िया भरिया, जिमें आम सेवियां बड़े खत्ते मिर्चा। डॉक्टर ने मना कीतिया हूँ कि भी तेन ब्लड प्रेशर हाई हो जाएगा, तू मिर्चा नहीं खानी है, तू स्कूला काम नहीं करना कोई भी, उन्हें वास्ते जो है बहुत ही अच्छी चीज़ है। यही अगर तुम यह जो मशरूम क्रीम वगैरह तो पाइए सेवियां के नाल खाते हो, तुम कभी ये शक्कर पा के भी खा लो, ਵੱਖਰਾ ਮਜ਼ਾ ਆਏਗਾ, ਉਹ ਮਸ਼ਰੂਮ ਸਵੀਟ ਹੋ ਜਾਏਗਾ। ਇਹਦੇ 'ਚ ਬੜੀ ਪਾਵਰ ਹੈ, ਗੋਸ਼ਤ ਨਾਲੋਂ ਜ਼ਿਆਦਾ ਤਾਕਤ ਹੈ ਇਹਦੇ 'ਚ। ਫਿਰ ਇਹਦੀ ਹਮੇਸ਼ਾ ਕਾਲੀਆਂ ਮੱਚਾਂ ਧੂੜਾ ਦਿੱਤਾ ਸੀ, ਸ਼ੱਕਰ ਦਾ ਧੂੜਾ ਦਿੰਦੇ ਨੇ ਕਾਲੀਆਂ ਮੱਚਾਂ, ਉੱਥੇ ਧੂੜਾ ਜਿਹਾ ਦਿੱਤਾ ਹੋਇਆ। ਮੈਂ ਕਹਿੰਦਾ ਮੈਂ ਜਿੰਨੀ ਵੀ ਤਾਰੀਫ ਕਰ ਸਕਾਂ ਤਾਂ ਥੋੜ੍ਹੀ ਹੈ, ਲੇਕਿਨ ਮਸ਼ਰੂਮ ਦੇ ਵਿੱਚ ਇਹਦਾ ਅਲੱਗਾ ਹੀ ਜ਼ਾਇਕਾ ਹੈ। ਨਾ ਪਿਆਰਾ ਜ਼ਾਇਕਾ ਬਣਾ ਲੈਣਾ, ਇਹ ਤਾਂ ਇਹਨਾਂ ਦੀ ਫਨਕਾਰੀ ਹੈਗੀ ਜਿਹੜੇ ਕੁੱਕ ਸਾਹਿਬ ਨੇ, ਸਾਡੇ ਜਨੇਰ ਸਾਹਿਬ ਨੇ। ਅਤੇ ਬਾਕੀ ਇੰਝ ਲੱਗਦਾ ਜਿਸ ਤਰ੍ਹਾਂ ਬੰਦਾ ਛੋਟੇ ਗੋਸ਼ਤ ਦੀ ਯਖਨੀ ਬਣਾ ਕੇ ਅਤੇ ਉਹਦੇ ਨਾਲ ਚਾਵਲ ਖਾਂਦਾ ਹੋਵੇ, ਯਕੀਨ ਜਾਣੋ ਇਹੋ ਜਿਹੇ ਜ਼ਾਇਕਾ ਆ ਰਿਹਾ ਜੀ, ਬਹੁਤ ਹੀ ਆਲਾ ਕਿਸਮ ਦਾ। ਇਹ ਸਮਝੋ ਮੈਨੂੰ ਬਚਪਨ ਹੀ ਆ ਰਿਹਾ, ਕਿਉਂਕਿ ਸਾਡੀ ਵਾਲਦਾ ਸਾਹਿਬ ਸੀਵੀਆਂ ਅਕਸਰ ਬਣਾ ਕੇ ਖਵਾਉਂਦੀ ਹੈ, ਇਹ ਸਾਨੂੰ ਸਮਝੋ ਅਸੀਂ ਅੱਜ ਸੀਵੀਆਂ ਖਾ ਰਹੇ ਹਾਂ। ਇਹ ਜ਼ਰਾ ਨਮਕੀਨ ਖਾਣਾ ਖਾਂਦੇ ਨੇ, ਅਸੀਂ ਜ਼ਰਾ ਮਿੱਠਾ ਖਾਣਾ ਖਾਂਦੇ, ਅਸੀਂ ਇਹਦੇ 'ਚ ਚੀਨੇ ਵੀ ਪਾ ਲੈਂਦੇ ਹਾਂ, ਸ਼ੱਕਰ ਵੀ ਬਾਅਦ ਕਰ ਪਾਏ ਆ, ਜੇ ਮੱਖਣ ਪਾ ਕੇ ਖਾਂਦੇ ਹਾਂ, ਤੁਸੀਂ ਖੀਰ ਪਾਉਂਦੇ ਹੋ, ਕਰੀਮ ਪਾਉਂਦੇ ਹੋ, ਕਈ ਵੀ ਦਹੀਂ ਪਾ ਲੈਂਦੇ ਹਾਂ। ਉਹ ਇੰਝ ਹੀ ਹੁੰਦਾ ਪਿਆ ਕਿ ਜਿਹੜੇ ਮੁਲਕ ਦੀ ਡਿਸ਼ ਨੇ ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਉੱਥੇ ਹੀ ਬੈਠੇ ਦੀ ਖਾ ਰਹੇ ਹਾਂ, ਵੱਡਾ ਮਜ਼ਾ ਆਉਂਦਾ ਖਾਣ ਦਾ। ਮੁਗਲ ਬਾਦਸ਼ਾਹ ਜਿਹੜੇ ਸਨ ਸਪੈਸ਼ਲ ਮਸਰਾਂ ਦੀ ਦਾਲ ਬਣਵਾ ਕੇ ਖਾਂਦੇ ਹੁੰਦੇ ਸਨ, ਅਤੇ ਉਹ ਇੱਕ ਕਿਲੋ ਦਾਲ ਪਕਾਉਣੀ ਹੁੰਦੀ ਸੀ, ਯਕੀਨ ਜਾਣੋ ਇਹਦੇ 2-2 ਲੱਖ ਰੁਪਇਆ ਖਰਚਾ ਆ ਜਾਂਦਾ ਹੁੰਦਾ ਸੀ, ਇੰਨੇ ਕੁ ਉਹਦੇ ਵਿੱਚ ਕੁਛ ਤਾਂ ਯਾਦ ਪੈਂਦੇ ਸਨ। ਦੇਖੋ ਸਾਡੇ ਤਾਂ ਸੀਵੀਆਂ ਖਾਧੀਆਂ, ਫਰੂਟ ਦੇ ਖਾਧੀਆਂ ਜਾਂਦੀਆਂ ਸੀਵੀਆਂ, ਖਾਸ ਕਰਕੇ ਦੁੱਧ ਦੇ ਜੇ ਤਬੜੀ ਦੁੱਧ ਬਣਾ ਕੇ ਵਿੱਚ ਇਹ ਹੋਈ ਆ ਸੀਵੀਆਂ ਪਾ ਕੇ ਖਾਂਦੇ। ਇਹਨੂੰ ਸਾਲਨ 'ਚ ਵੀ ਤੁਸੀਂ ਪਕਾ ਸਕਦੇ ਹੋ, ਤੁਸੀਂ ਇਹਨੂੰ ਹੋਰਾਂ ਚੀਜ਼ਾਂ 'ਚ ਵੀ ਪਾ ਸਕਦੇ ਹੋ, ਇਹਦੇ 'ਚ ਮਟਰ ਵੀ ਪਾ ਸਕਦੇ ਹੋ, ਗਾਜਰਾਂ ਵੀ ਤੁਸੀਂ ਕੱਟ ਕੇ ਪਾ ਸਕਦੇ ਹੋ, ਵੈਜੀਟੇਬਲ ਜਿਹਨੂੰ ਕਹਿੰਦੇ ਨੇ ਖਾਣਾ, ਉਹ ਵੀ ਕਰ ਸਕਦੇ ਹੋ। ਯਾਨੀ ਕਿ ਇਹਨੂੰ ਨਾ ਬੱਚੇ ਵੀ ਸ਼ੌਕ ਨਾਲ ਖਾ ਸਕਦੇ ਨੇ, ਹੁੰਦਾ ਨਾ ਕਿ ਬੱਚੇ ਨਹੀਂ ਖਾਣਗੇ, ਬੱਚਿਆਂ ਦੀ ਬੜੀ ਫੇਮਸ ਡਿਸ਼ੀ ਬੱਚੇ ਖਾਣਾ ਸ਼ੁਰੂ ਕਰ ਦਿਓ, ਜਦੋਂ ਪੱਕੇਗੀ ਹਾਂਡੀ ਪੱਕੇਗੀ ਤਿਆਰ ਹੋ ਗਈ ਫਿਰ ਖਾਓ, ਇਹ ਹੁੰਦੀ ਐਮਰਜੈਂਸੀ ਸੀ।
ਐਨੀ ਖਿੱਚਣਾ ਪੈਂਦਾ ਪਰ ਬੰਦੇ ਨੂੰ ਸਾਹ ਹੀ ਨਿਕਲ ਜਾਣਾ ਉੱਤੇ ਵੀ ਉੱਤੇ ਜਾ ਜਾਵੇ। ਅੱਛਾ ਮਾਸ਼ਾ ਜੀ ਅੱਜ ਨਾ ਆਪੇ ਠੰਡਾ ਪਾਇਆ ਨਾ ਜਾਂ ਕਰੀਮ ਜਾਂ ਚੀਜ਼ ਜਾਂ ਕੋਈ ਮੱਖਣ ਜਾਂ ਇਹ ਤਾਂ ਬੜਾ ਸੁੱਖ ਬੜਾ ਮਲਾਈ ਜਿਹਾ ਜਿਵੇਂ ਕਹਿੰਦੇ ਦੁੱਧ ਦੀ ਮਲਾਈ ਨਹੀਂ ਰੱਖੀ ਅਸੀਂ ਮਲਾਈ ਪਾਉਂਦੇ ਵੀ ਜਿਵੇਂ ਕਹਿੰਦੇ ਮਲਾਈ ਪਈ ਹੋਈ ਹੈ। ਮੈਂ ਤਾਂ ਜਦੋਂ ਦਾ ਪੜ੍ਹਿਆ ਅਤੇ ਸੁਣਿਆ ਨਾ ਕਿ ਮਸ਼ਰੂਮ ਬਹੁਤ ਹੀ ਫਾਇਦੇਮੰਦ ਚੀਜ਼ ਆ, ਮੈਂ ਤਾਂ ਉੱਥੇ ਰਿਕਾਰਡਿੰਗ ਹੁੰਦੀ ਸਾਡੀ ਇੱਥੇ ਜਦੋਂ ਮਸ਼ਰੂਮ ਦੀ, ਮੈਂ ਤਾਂ ਮਸ਼ਰੂਮ ਸਾਰਾ ਹੀ ਲਵੇੜ ਜਾਂਦਾ। ਅਸੀਂ ਦੇਸੀ ਪੇਂਡੂ ਜਾਤੀ ਲੋਕ ਆ, ਸਾਨੂੰ ਇੰਨੀਆਂ ਇੰਨੀਆਂ ਚੀਜ਼ਾਂ ਨਾਲ ਕੀ ਬਣਦਾ, ਤਿੰਨ ਚਾਰ ਪਲੇਟਾਂ ਹੋਣ ਤਾਂ ਫਿਰ ਜਾ ਕੇ ਸਾਡਾ ਗੁਜ਼ਾਰਾ ਹੁੰਦਾ। ਖਾਸ ਕਰਕੇ ਜਿਵੇਂ ਜਿਵੇਂ ਜਨਾਬ ਮੇਰੇ ਇਲਾਕੇ ਖਾਸ ਕਰਕੇ ਅਸੀਂ ਉਹਨਾਂ ਨੂੰ ਰੰਗ ਦਿੰਦੇ ਹਾਂ, ਜ਼ਰਦੇ ਦਾ ਹੋ ਗਿਆ, ਨੀਲਾ ਪੀਲਾ ਹੋ ਗਿਆ, ਰੰਗਦਾਰ ਸੀਵੀਆਂ ਅਸੀਂ ਬਣਾਉਂਦੇ ਹਾਂ। ਬਾਕੀ ਬੜੀ ਪਿਆਰੀ ਡਿਸ਼ ਬਣੀ, ਬਹੁਤ ਇੰਜੋਏ ਕੀਤਾ। ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ, ਬੈਲ ਆਈਕਨ ਦਬਾਇਆ ਕਰੋ, ਆਪਣੇ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਅਤੇ ਸਾਨੂੰ ਤੁਸੀਂ ਇਜਾਜ਼ਤ ਦਿਓ। ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਕਰਾਂਗਾ। ਅੱਲਾ ਹਾਫਿਜ਼।